ਕੀ ਹੋ ਰਿਹਾ ਹੈ? ਬੇਅਕਲ ਜਨਾਨੀ ਕੀ ਹੋ ਰਿਹਾ ਹੈ? ਤੁਸੀਂ ਦੱਸੋ ਕੀ ਹੋ ਰਿਹਾ, ਕਿੰਨਾ ਗੱਲਾਂ ਕਰੀ ਜਾਂਦੇ ਹੋ? ਆ ਗੱਲਾਂ ਕਰ ਰਿਹਾ ਮੈਂ ਕਿਸੇ ਨਾਲ? ਆ ਕੈਲਕੂਲੇਟਰ ਨਹੀਂ ਦਿਖਦਾ ਤੈਨੂੰ? ਖੁੱਲਿਆ ਵਾ ਨਾਮੇ ਤਾਂ ਦਿਖਦੇ ਹੋਣਗੇ ਤੈਨੂੰ, 1, 2, 3, 4 ਵੀ ਕੈਲਕੂਲੇਟਰ ਆਏ। ਜਾਣ ਕੇ ਜਦੋਂ ਮੈਂ ਆ ਗਈ ਨਾ, ਨਾਲ ਦੀ ਨਾਲ ਇਹ ਖੋਲ ਲਿਆ ਹਿਸਾਬ ਕਿਤਾਬ ਵਾਲਾ। ਹਾਂ, ਪਹਿਲਾਂ ਤਾਂ ਗੱਲਾਂ ਹੀ ਕਰੀ ਜਾਂਦੇ ਸੀ। ਤੈਨੂੰ ਪਤਾ ਆ ਮੈਂ ਲੋਕਾਂ ਦਾ ਹਿਸਾਬ ਕਿਤਾਬ ਫੋਨ ਤੋਂ ਹੀ ਕਰਦਾ ਆ, ਮੈਂ ਕਿਹਦੇ ਨਾਲ ਗੱਲਾਂ ਮਾਰਨੀਆਂ ਨੇ? ਫੋਨ ਤੇ ਹਿਸਾਬ ਕਿਤਾਬ ਕੌਣ ਕਰਦਾ ਹੁੰਦਾ? ਕਾਪੀ ਪਈ ਅੰਦਰ। ਪਹਿਲਾਂ ਕਰਦੇ ਹੁੰਦੇ ਸੀਗੇ ਦੋਜੀ ਕਾਪੀ 'ਚ ਹਿਸਾਬ, ਅੱਜ ਕੱਲ੍ਹ ਫੋਨ ਦੇ ਉੱਤੇ ਸਾਰਾ ਕੁਛ ਹੋ ਜਾਂਦਾ ਆ। ਆਹੀ ਡਰ ਆ ਨਾ, ਫੋਨ ਤੇ ਸਾਰਾ ਕੁਛ ਹੋ ਜਾਂਦਾ, ਗੱਲਾਂ ਵੀ ਫੋਨ ਤੇ ਹੋ ਜਾਂਦੀਆਂ ਨੇ, ਕੁੜੀਆਂ ਵੀ ਫੋਨ ਤੇ ਪੱਟੀਆਂ ਜਾਂਦੀਆਂ ਨੇ। ਉਹ ਤੈਨੂੰ ਕਿਹਨੇ ਕਹਿਤਾ ਮੈਂ ਕੁੜੀਆਂ ਨਾਲ ਗੱਲਾਂ ਮਾਰਦਾ ਆ? ਮੈਂ ਕਹਿੰਦੀ ਆ, ਮੈਨੂੰ ਕਿਹਨੇ ਕਹਿਣਾ, ਸਾਰਾ ਕੁਛ ਦੱਸਦਾ ਮੈਨੂੰ। ਦੇਖਦਾ ਲੈ ਫਿਰ ਦੇਖ ਦੇਖ ਲੱਭ ਲੈ ਚੋ ਕਿਹੜੀਆਂ ਕੁੜੀਆਂ ਨੇ। ਆਹੀ ਤਾਂ ਗੱਲ ਆ ਨਾ, ਮੈਨੂੰ ਚਲਾਉਣਾ ਨਹੀਂ ਆਉਂਦਾ, ਜੇ ਚਲਾਉਣਾ ਆਉਂਦਾ ਹੁੰਦਾ ਨਾ ਹੁਣ 50 ਕੁੜੀਆਂ ਲੱਭ ਲੈਂਦੀ ਮੈਂ ਇਹਦੇ ਚੋਂ। ਹਾਂ ਫਿਰ ਪਹਿਲਾਂ ਇਹਨੂੰ ਚਲਾਉਣਾ ਸਿੱਖ, ਜਿੱਦਣ ਚਲਾਉਣਾ ਸਿੱਖ ਗਈ, ਜਿੱਦਣ ਕੁੜੀਆਂ ਲੱਭ ਲਈਆਂ ਉਦੋਂ ਮੇਰੇ ਨਾਲ ਗੱਲ ਕਰੀ, ਫਾਲਤੂ ਬੋਲਣ ਦੀ ਲੋੜ ਨਹੀਂ। ਅੱਛਾ ਹੁਣ ਮੈਂ ਫਾਲਤੂ ਹੋ ਗਈ, ਆਪੇ ਫਾਲਤੂ ਲੱਗਣੀਆਂ ਹੈਗੀਆਂ ਤੁਹਾਡੇ ਕੋਲ ਕੁੜੀਆਂ ਹੁਣ। ਮੈਂ ਤਾਂ ਨਾ ਉਹ ਦਿਨ ਨੂੰ ਰੋਂਦਾ ਆ ਜਦੋਂ ਮੈਂ ਤੈਨੂੰ ਇਸ ਘਰ 'ਚ ਵਿਆਹ ਕੇ ਲੈ ਕੇ ਆਇਆ, ਮੇਰੇ ਤਾਂ ਮੇਰੀ ਮਾਸ ਹਿੜ ਕੇ ਗਈ ਆ ਮੇਰੇ ਵਾਸਤੇ ਪੰਗੇ। ਆਪ ਤਾਂ ਚੱਲ ਵਸੀ, ਆਹ ਮੇਰੇ ਪੱਲੇ ਪਾ ਗਈ ਤੈਨੂੰ ਇਹੀ ਜੀ ਨੂੰ। ਤੂੰ ਤਾਂ ਹੁਣ ਰੋਣਾ, ਮੈਂ ਤਾਂ ਜਿੱਦੇ ਵਿਆਹ ਹੋਇਆ ਸੀ ਮੈਂ ਤਾਂ ਉਦੇ ਦੀ ਰੋਣੀ ਆ ਵੀ ਘਰਦਿਆਂ ਨੇ ਆਹ ਸਹੇੜਤਾ ਮੇਰੇ ਲਈ। ਆਹੋ ਤੈਨੂੰ ਆ ਰਿਹਾ ਸੀ ਨਾ ਦਲਜੀਤ ਬਿਆਨ। ਹਾਂ ਤੂੰ ਬੜੀ ਨੀਰੂ ਬਾਜਵਾ ਵਿਆਹ ਕੇ ਲਿਆਉਣੀ ਸੀ। ਉਹ ਜਾ ਭੱਜ ਇੱਥੋਂ ਆਪਣੇ ਪੇਕਿਆਂ ਨੂੰ। ਐ ਕਿਵੇਂ ਭੱਜਾਂ, ਘਰਦਿਆਂ ਨੇ 25 ਲੱਖ ਰੁਪਏ ਲਾਇਆ ਮੇਰੇ ਤੇ, ਹਿੱਕ 'ਚ ਗੋਡਾ ਦੇ ਕੇ ਰੂ ਤੁਹਾਡੇ ਮੈਂ। ਹਾਂ ਤੇ ਲਾਣ ਤਾਂ ਤੇਰੇ ਇਹੋ ਜਿਹੇ ਘਰਦਿਆਂ ਤੇ ਜਿਨ੍ਹਾਂ ਨੇ 10,000 ਰੁਪਇਆ ਤੇਰੇ ਦਿਮਾਗ ਤੇ ਨਹੀਂ ਲਾਇਆ। ਜੇ ਦਿਮਾਗ ਤੇ ਲਾ ਲੈਂਦੇ 10,000 ਰੁਪਇਆ ਘੱਟੋ ਘੱਟ ਕੰਮ ਤਾਂ ਕਰਦਾ ਇਹ। ਅੱਛਾ ਹੁਣ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਵੀ ਮੈਂ ਪਾਗਲ ਹਾਂ? ਤੁਹਾਨੂੰ ਆਏ ਆ ਵੀ ਇਹ ਪਾਗਲ ਸਾਬਤ ਹੋਵੇ? ਓਏ ਹੋਏ ਹੋਏ ਉਹ ਬਖਸ਼ ਦੇ, ਉਹ ਬਖਸ਼ ਦੇ ਕੰਨ ਨਾ ਖਾ। ਆ ਜਿਹੜੇ ਲੋਕ ਵੀਡੀਓ ਦੇਖ ਰਹੇ ਹੋਣਗੇ ਨਾ, ਉਹਨਾਂ ਦੇ ਵੀ ਕੰਨ ਦੇ ਪਰਦੇ ਪਾੜ ਰਹੇ ਹੋਣਗੇ। ਅੱਛਾ ਹੁਣ ਮੈਂ ਬਖਸ਼ਦਾ, ਤੁਹਾਨੂੰ ਆਏ ਆ ਵੀ ਛੱਡ ਕੇ। ਯਾਰ ਮੈਂ ਜਾ ਰਿਹਾ ਹਾਂ, ਦਿਮਾਗ ਨਾ ਖਾ ਉਈ। ਅੱਛਾ ਹੁਣ ਮੈਂ ਮੇਰੀ ਗੱਲ ਸੁਣੋ, ਤੇਰੀ ਗੱਲ ਸੁਣ ਕੇ ਜਾਓ ਮੇਰੀ। ਕੀ ਆ, ਰੋਟੀ ਤਾਂ ਖਾ ਜੋ। ਹੋ ਕੀ ਬਾਤ ਆ, ਰੋਟੀ ਤਾਂ ਖਾ ਜੋ। ਜਦੋਂ ਮੈਂ ਕਹਿ ਰਿਹਾ ਸੀ ਰੋਟੀ ਦੇ ਦੇ ਉਦੋਂ ਤਾਂ ਦਿੱਤੀ ਨਹੀਂ ਹੈਗੀ, ਹੁਣ ਤੈਨੂੰ ਜ਼ਿਆਦਾ ਪਿਆਰ ਆ ਰਿਹਾ ਮੇਰੇ 'ਤੇ। ਕਦੇ ਕਦੇ ਨਾ ਤੂੰ ਮੈਨੂੰ ਬੌਲੀ ਲੱਗਦੀ, ਮਿੰਟ 'ਚ ਤਾਂ ਤੈਨੂੰ ਮੇਰੇ 'ਤੇ ਗੁੱਸਾ ਚੜ੍ਹਦਾ ਆ, ਹੁਣ ਮਿੰਟ 'ਚ ਤੈਨੂੰ ਰੋਟੀ ਵੀ ਯਾਦ ਆ ਗਈ। ਖਾ ਲਓ ਰੋਟੀ, ਮੈਨੂੰ ਪਤਾ ਹੀ ਆ ਤੁਹਾਡਾ ਬਾਹਰ ਕਿਸੇ ਨਾਲ ਚੱਕਰ ਚੱਲਦਾ। ਉਹ ਯਾਰ ਮੇਰਾ ਕਿਹਦੇ ਨਾਲ ਚੱਕਰ ਚੱਲਣਾ ਹੈ ਯਾਰ, ਤੂੰ ਕਿਉਂ ਨਹੀਂ, ਤੇਰਾ ਦਿਮਾਗ ਕੰਮ ਕਰ ਰਿਹਾ, ਕੀ ਹੋ ਗਿਆ ਤੈਨੂੰ? ਰੋਟੀ ਖਾ ਲਓ, ਆਖਰੀ ਵਾਰੀ ਦੀ, ਮੈਂ ਤਾਂ ਆਪਣੇ ਪੇਕਿਆਂ ਨੂੰ ਜਾਣ ਲੱਗੀ ਹਾਂ। ਦੱਸੂਗੀ ਤੁਹਾਨੂੰ ਮੈਂ ਕੋਈ ਗੱਲ, ਰੋਟੀ ਖਵਾਉਣੀ ਹੈ ਤੁਹਾਨੂੰ ਮੈਂ, ਖੜ ਜਾ। ਮੈਂ ਹੁਣ ਆ ਕੀ ਆ ਹੁਣ ਦੱਸਦਾ ਤੁਹਾਨੂੰ, ਪੇਕਿਆਂ ਨੂੰ ਝੱਲੀਆਂ ਆਪਦਿਆਂ ਨੂੰ। ਫਿਰ ਜਾ, ਇੱਥੇ ਬ੍ਰੇਕਾਂ ਜੀਆਂ ਕਾਹਤੋਂ ਮਾਰੀਆਂ ਨੇ, ਸਿੱਧੀ ਹੋ ਲੰਘ ਜਾਂਦੀ। ਦੇਖਦੀ ਸੀ ਮੈਂ ਤੁਹਾਨੂੰ ਵੀ ਤੁਸੀਂ ਰੋਕੋਗੇ ਕਿ ਨਹੀਂ ਰੋਕਦੇ। ਮੇਰਾ ਦਿਮਾਗ ਹਿੱਲਿਆ ਜਿਹੜਾ ਤੈਨੂੰ ਰੋਕਾਂ। ਕਿਉਂ, ਤੁਹਾਡੀ ਘਰ ਵਾਲੀ ਆ, ਰੋਕ ਸਕਦੇ ਹੋ? ਉਹ ਯਾਰ ਮੈਨੂੰ ਸਮਝ ਨਹੀਂ ਲੱਗਦੀ, ਪਹਿਲਾਂ ਸਵੇਰੇ ਤੈਨੇ ਕਲੇਸ਼ ਪਾ ਲਿਆ, ਉਹ ਤੋਂ ਬਾਅਦ ਮੈਨੂੰ ਪਿਆਰ ਨਾਲ ਰੋਟੀ ਦੇਤੀ, ਹੁਣ ਤੂੰ ਫੇਰ ਕਲੇਸ਼ ਪਾ ਕੇ ਆਪਣੇ ਪੇਕਿਆਂ ਨੂੰ ਚੱਲੀ ਆ, ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ? ਰੋਟੀ ਤਾਂ ਮੈਂ ਤਾਂ ਖਵਾਈ ਆ ਕਿਉਂਕਿ ਉਹ ਮੇਰਾ ਪਤਨੀ ਫਰਜ਼ ਆ, ਤੁਹਾਨੂੰ ਭੁੱਖੇ ਨਹੀਂ ਰੱਖ ਸਕਦੀ, ਪਰ ਉਹ ਗੱਲ ਮੈਂ ਭੁੱਲੀ ਨਹੀਂ, ਸਾਰਾ ਕੁਝ ਯਾਦ ਆ ਮੈਨੂੰ, ਹੁਣ ਨਹੀਂ ਮੈਂ ਮੁੜਦੀ। ਜਦੋਂ ਤੂੰ ਪੇਕੇ ਵੱਗ ਗਈ ਉਦੋਂ ਮੈਨੂੰ ਰੋਟੀ ਕੌਣ ਦਊਗਾ? ਉਦੋਂ ਕਿੱਥੇ ਵੱਗ ਜੂਗਾ ਤੇਰਾ ਪਤਨੀ ਫਰਜ਼? ਉਦੋਂ ਤੁਸੀਂ ਆਪੇ ਪਕਾ ਕੇ ਖਾਇਓ, ਉਦੋਂ ਪਤਨੀ ਫਰਜ਼ ਖੂਚ ਜਾਵੇ ਤੁਹਾਡਾ। ਚੱਲ ਫਿਰ ਜਾ, ਚੱਲ ਸੋਚ ਲਓ, ਰੋਕ ਲਓ, ਮੁੜ ਕੇ ਨਹੀਂ ਮੈਂ ਆਉਂਦੀ। ਇੰਨਾ ਨਾ ਮੇਰੇ ਤੋਂ ਦਿਮਾਗ ਤੇ ਜ਼ੋਰ ਨਹੀਂ ਦਿੱਤਾ ਜਾਂਦਾ, ਤੂੰ ਜਾ। ਚੱਲੀ ਆ ਮੈਂ। ਅੱਜ ਜਿਸ ਹਿਸਾਬ ਦਾ ਤੈਨੇ ਬੈਗ ਚੱਕਿਆ ਨਾ, ਇਹ 'ਚ ਤਾਂ ਸਿਰਫ 2 ਸੂਟ ਹੋਣੇ, ਤੂੰ ਅੰਦਰੋਂ ਦੂਜਾ ਟੇਚੀ ਲੈ ਕੇ ਆ, ਉਹ 'ਚ ਘੱਟੋ ਘੱਟ 10 ਸੂਟ ਪਾ ਤੇ ਮਹੀਨਾ ਨਾ ਮੁੜੀ ਇੱਥੇ। ਮਹੀਨਾ ਕੀ, ਮੈਂ ਤਾਂ ਕਦੇ ਵੀ ਨਹੀਂ ਮੁੜਦੀ, ਹੁਣ ਨਹੀਂ ਆਉਂਦੀ ਫਿਰ ਮੈਂ। ਜਾ ਯਾਰ, ਤਾਂ ਹੀ ਇਸ ਘਰ 'ਚ ਥੋੜ੍ਹੀ ਸ਼ਾਂਤੀ ਆਊਗੀ। ਅੱਛਾ ਹੁਣ ਪਤਾ।
ਪਤਾ ਲੱਗਿਆ ਮੈਨੂੰ ਤੁਸੀਂ ਇਸ ਘਰ ਵਿੱਚ ਸ਼ਾਂਤੀ ਲਿਆਉਣ ਨੂੰ ਫਿਰਦੇ ਹੋ। ਉਹ ਕੁੜੀ ਸ਼ਾਂਤੀ ਆ। ਮੈਂ ਨਿੱਕਾ ਜੈਲਦਾਰ ਵਾਲੀ ਸ਼ਾਂਤੀ ਦੀ ਨਹੀਂ ਗੱਲ ਕਰ ਰਿਹਾ, ਮੈਂ ਸੁੱਖ ਚੈਨ ਦੀ ਗੱਲ ਕਰ ਰਿਹਾ। ਆਰਾਮ ਆਊ ਜ਼ਿੰਦਗੀ 'ਚ ਮੇਰੀ। ਸੁੱਖ ਤੇ ਚੈਨ ਦੋ ਇਹ ਹੋ ਗਈਆਂ, ਤਿੰਨ ਹੋ ਗਈਆਂ, ਤੁਸੀਂ ਤਿੰਨ ਕੁੜੀਆਂ ਨਾਲ ਚੱਕਰ ਚਲਾ ਰਹੇ ਹੋ। ਤੂੰ ਸੱਚੀ ਉਹ ਬਾਉਣੀ ਆ ਕਿ ਮੇਰੇ ਨਾਲ ਕਮੇਡੀ ਕਰ ਰਹੀਆਂ, ਜਾਣ ਜਾਣ ਕੇ ਸਿਰ ਖਾ ਰਹੀਆਂ ਮੇਰਾ? ਜਾ ਭੱਜ। ਮੈਂ ਨਹੀਂ ਹੁਣ ਮੁੜ ਕੇ ਆਉਂਦੀ, ਮੈਂ ਚੱਲੀ। ਬਸ ਰੁੱਕ ਨਾ, ਰੋਕ ਲਓ। ਮਨਿੰਦਰ। ਹਾਂਜੀ। ਕੱਲੀ ਕਾਹਨੂੰ ਜਾਂਦੀ ਆ, ਜਾਂ ਮੈਂ ਛੱਡ ਕੇ ਆਉਂਦਾ, ਮੋਟਰਸਾਈਕਲ ਤੇ ਚੱਲਦੇ। ਮੈਂ ਕੱਲੀ ਵੀ ਵਗ ਜਾਂਦੀ। ਨਾ ਨਾ, ਚੱਲ ਆ ਜਾ, ਤੈਨੂੰ ਮੈਂ ਛੱਡ ਗਿਆ। ਚੱਲ ਚੱਲ, ਕੋਈ ਨਾ, ਆਪਣੀ ਮੰਮੀ ਡੈਡੀ ਨੂੰ ਲੈ ਕੇ ਆ। ਆ ਜਾ ਆ ਜਾ, ਰੋਕ ਲਓ। ਕਾਹਤੋਂ ਰੋਕਾਂ ਹੁਣ, ਤੈਨੂੰ ਰੋਕਣ ਦੀ ਵੀ ਪੈ ਗਈ ਐਡੀ ਤੂੰ ਜਾਣੇ ਵਾਲੀ। ਨਾ ਰੋਕੋ ਫਿਰ। ਚੱਲ ਫਿਰ ਮੁੜ ਵਾਪਸ। ਚੱਲ ਚੱਲ ਚੱਲ, ਹੁਣ ਤੁਹਾਡੇ, ਤੁਸੀਂ ਕਹਿੰਦੇ ਜਾ, ਤੁਸੀਂ ਕਹਿੰਦੇ ਰੁਕ ਜਾ, ਤੁਹਾਡੇ ਮਰਜ਼ੀ ਨਾਲ ਚੱਲੂੰਗੀ ਮੈਂ। ਮਨਿੰਦਰ, ਤੇਰਾ ਨਾ ਉਰੇ ਮੱਝਾਂ 'ਚ ਕੰਮ ਕਰ ਕਰਕੇ ਤੇਰੇ ਦਿਮਾਗ 'ਚ ਭਰ ਗਿਆ ਗੋਹਾ। ਤੈਨੂੰ ਪਤਾ ਨਹੀਂ ਲੱਗ ਰਿਹਾ ਤੈਨੇ ਕੀ ਬੋਲਣਾ ਆ ਕੀ ਨਹੀਂ। ਤੂੰ 2 ਦਿਨ ਪੇਕੇ ਲਾ ਕੇ ਆ, ਤੇਰਾ ਦਿਮਾਗ ਸਹੀ ਹੋ ਜੂਗਾ, ਉੱਥੇ ਰੈਸਟ ਕਰੀ ਜਾ ਕੇ। ਪੇਕੇ ਜਾ ਕੇ ਵੀ ਗੋਹਾ ਹੀ ਚੱਕਣਾ? ਉੱਥੇ ਕਿਹੜਾ ਜਾ ਕੇ ਸੋਫੇ 'ਤੇ ਬਹਿ ਜੂੰਗੀ ਮੈਂ? ਤੇਰੇ ਕਰਮਾਂ 'ਚ ਹੈ ਉਹ ਗੋਹਾ ਮਨਿੰਦਰ। ਲੈ ਪਹੁੰਚ ਗਏ ਅੱਡੇ 'ਤੇ ਵੀ, ਕਰਮਾਂ 'ਚ ਜਾ ਹੁਣ, ਜਾ ਆਪਣਾ ਪੇਕਿਆਂ ਨੂੰ। ਜਾਊਂਗੀ, ਹੋਰ ਰਹੂੰਗੀ ਮੈਂ। ਓਏ ਅਨਪੜ ਜਨਾਨੀ, ਇਹਨੂੰ ਉੱਤੇ ਰੱਖ ਲਾ, ਉੱਤੇ ਰੱਖ ਲਾ, ਇਹਨੂੰ ਕਿਉਂ ਲਵੇੜ ਰਹੀ ਆ? ਆਪ ਤਾਂ ਤੂੰ ਗੋਹੇ 'ਚ ਲਿਬੜੀ ਜਾਂਦੀ ਆ ਸਾਰਾ ਦਿਨ। ਆ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਬਚਾ ਲਿਆ ਕਰ, ਉੱਥੇ ਰੱਖੋ, ਰੱਖਣ ਵਾਸਤੇ ਹੁੰਦਾ। ਮੈਨੂੰ ਪਤਾ ਜੀ ਵੀ ਉੱਥੇ ਰੱਖਣ ਵਾਸਤੇ ਹੁੰਦਾ ਉਹ। ਫਿਰ ਇੱਥੇ ਕਾਹਤੋਂ ਰੱਖਿਆ ਤੀ? ਸ਼ਗਨ ਪੈਣਾ ਤੀ ਇਹਨੂੰ ਇੱਥੇ। ਮੇਰਾ ਦਿਲ ਕੀਤਾ ਰੱਖ ਲਿਆ। ਹੋਏ ਪਲਟੀ ਨੇ, ਪਲਟੀ ਨਾ। ਵਗ ਜਾ ਹੁਣ, ਮੈਂ ਆਪੇ ਵਗ ਜੂੰਗੀ। ਮੈਨੂੰ ਪਤਾ ਹੀ ਆ ਤੇਰਾ ਕਿੰਨੇ 'ਚ ਵਗ ਜਾਏਗੀ ਤੂੰ। ਮੈਂ ਪਾਗਲ ਨਹੀਂ ਹੈਗਾ, ਇੱਥੇ ਬੈਠੂੰਗਾ, ਤੈਨੂੰ ਬੱਸ ਚੜਾ ਕੇ ਫੇਰ ਜਾਊਂਗਾ ਘਰ ਨੂੰ। ਤੇਰਾ ਕੀ ਪਤਾ ਇੱਥੇ ਵਾਪਸ ਮੁੜ ਜਾਏ? ਯਾਰ ਕਹਿ ਰਹੇ ਬੱਚ ਨਹੀਂ ਆਈ। ਮੇਰੀ ਗੱਲ ਸੁਣੋ, ਆਈ ਫਿਰ ਦਿਲ 'ਚ ਵਹਿਮ ਆ ਨਾ ਵੀ ਮੈਂ ਰੁਕੂੰਗੀ, ਵੀ ਮੈਂ ਮੁੜ ਕੇ ਜਾਊਂ ਤੁਹਾਡੇ ਨਾਲ, ਮੈਂ ਨਹੀਂ ਜਾਂਦੀ ਹੁਣ। ਏ ਬਾਹਰ ਆ ਕੇ ਟਿਕ ਜਾ ਘਰ, ਘਰੇ ਤਾਂ ਤੇਰਾ ਚੱਲਦਾ ਹੀ ਆਹ ਕੰਮ, ਲੋਕਾਂ ਦੇ ਸਾਹਮਣੇ ਇੱਥੇ ਨਾ ਜਲੂਸ ਕੱਢ, ਉਰੇ ਮੈਨੂੰ ਸਾਰੇ ਜਾਣਦੇ ਨੇ ਬਾਹਰ। ਆਹੋ ਤੁਹਾਨੂੰ ਤਾਂ ਜਾਣਦੇ ਐਂ, ਕੋਈ ਸਹੇਲੀ ਟੱਕਰ ਜੂਗੀ ਇੱਥੇ। ਤੇਰੇ ਦਿਮਾਗ 'ਚ ਸੱਚੀ ਉਹ ਗੋਹਾ ਭਰਿਆ ਹੋਇਆ? ਗੋਹਾ ਭਰਤਾ ਤੁਸੀਂ? ਲਿਆ ਕੇ ਪਸ਼ੂਆਂ 'ਚ ਵਾੜਤੀ, ਗੋਹਾ ਹੀ ਵੜਨਾ? ਹੋਰ ਦੱਸ, ਤੁਸੀਂ ਮੈਨੂੰ ਲਿਆ ਕੇ ਗੱਦੀ 'ਤੇ ਬਿਠਾਇਆ ਕਿਸੇ 'ਤੇ? ਕੁਛ ਕਿਹਾ? ਤੁਸੀਂ ਕਿਉਂ ਸੁਣਦੇ ਹੋ ਮੇਰੀਆਂ? ਉੱਤੋਂ ਦੇ ਟਪਾਲੇ ਨੂੰ ਦੱਸ ਤਾਂ ਸੁਣਦਾ ਮੈਂ ਕੀ ਕਹੀ ਜਾਂਦੀ ਹਾਂ। ਤੇਰੀ ਬੱਸ ਆਉਣ ਵਾਲੀ ਹੋਣੀ। ਬੱਸ 'ਚ ਬਾਲਾ ਧਿਆਨ ਤੁਹਾਡਾ, ਮੇਰੇ 'ਚ ਧਿਆਨ ਨਹੀਂ ਹੈਗਾ ਵੀ ਮੈਂ ਕੋਲ ਬੈਠੀ ਹਾਂ ਤੁਹਾਡੇ। ਕੌਣ ਆ ਤੂੰ? ਹੁਣ ਮੈਂ ਕੌਣ ਹੋ ਗਈ? ਹੁਣ ਤਾਂ ਆਪੇ ਕੌਣ ਕਹੋਗੇ? ਹੁਣ ਤਾਂ ਹੈਗੀ ਆ ਸ਼ਾਂਤੀ, ਸੁੱਖ ਚੈਨ, ਤਿੰਨ ਕੁੜੀਆਂ ਹੈਗੀਆਂ, ਮੇਰੀ ਕੀ ਲੋੜ। ਸਾਲੀ ਇੱਕ ਤਾਂ ਬੱਸ ਵੀ ਨਹੀਂ ਆਉਂਦੀ ਇੱਥੇ ਛੇਤੀ, ਸੜੇ ਹੋਏ ਪਿੰਡ 'ਚ। ਵਗ ਜਾ, ਮੈਂ ਆਪੇ ਚੜ ਜੂੰ ਕਿਸੇ ਬੱਸ 'ਤੇ, ਇਹ ਕਿਸੇ ਨਾਲ ਚੜ ਜੂੰਗੀ। ਚੜਾਵਾਂ ਤੈਨੂੰ ਕਿਸੇ ਨਾਲ? ਚਟਾਕਾਂ ਮਾਰੂੰ? ਅੱਛਾ, ਤੁਸੀਂ ਫੋਨ 'ਤੇ ਗੱਲਾਂ ਕਰੋ ਅਤੇ ਮੈਂ ਕਿਸੇ ਨਾਲ ਚੜ ਕੇ ਸਮਾਨ ਤੱਕ ਵੀ ਨਹੀਂ ਜਾ ਸਕਦੀ। ਵੈਸੇ ਨਾ ਤੈਨੂੰ ਇੱਕ ਗੱਲ ਸਹੀ ਕਹੀ। ਕੀ? ਤੈਨੂੰ ਇੱਥੇ ਨਹੀਂ ਬੱਸ ਮਿਲਣੀ, ਇੱਥੇ ਅੱਡੇ 'ਚ ਕਾਹਨੂੰ ਕੋਈ ਰੁਕਦੀ ਆ ਬੱਸ? ਆਹ 15 ਮਿੰਟ ਲੱਗਣਗੇ, ਮੈਂ ਤੈਨੂੰ ਸਮਾਨੇ ਵਾਲੇ ਬੱਸ ਅੱਡੇ 'ਚ ਛੱਡਿਆ ਨਾ, ਉੱਥੋਂ ਤੈਨੂੰ ਮਿੰਟ 'ਚ ਬੱਸ ਮਿਲ ਜੂਗੀ, ਸ਼ਾਮ ਹੋਣ ਤੋਂ ਪਹਿਲਾਂ ਘਰੇ ਪਹੁੰਚ ਜਾਏਗੀ ਨਾਲੇ ਤੂੰ। ਤੁਹਾਨੂੰ ਬਾਹਲੀ ਤਕਲੀਫ ਹੋ ਰਹੀ ਆ ਵੀ ਬੱਸ ਨਹੀਂ ਆ ਰਹੀ? ਅੱਛਾ ਮੈਨੂੰ ਕੋਈ ਗੱਲ ਦੱਸ, ਤੇਰੇ ਦਿਮਾਗ 'ਚ ਇੰਨਾ ਸ਼ੱਕ ਕਿਉਂ ਆ ਰਿਹਾ ਮੇਰੇ ਪ੍ਰਤੀ ਵੀ ਮੈਂ ਕਿਸੇ ਕੁੜੀਆਂ ਨਾਲ ਗੱਲਾਂ ਮਾਰਦਾ ਆ, ਮੇਰੇ ਨਾਲ ਕੁੜੀਆਂ ਸੈੱਟ ਨੇ? ਮੈਂ ਨਾ ਰੋਜ਼ ਯੂਟਿਊਬ 'ਤੇ ਦੇਖਦੀ ਹਾਂ ਇਹੋ ਜਿਹੀਆਂ ਫਿਲਮਾਂ, ਇਹੋ ਜਿਹੇ ਨਾਟਕ ਜੇ, ਜਦੋਂ ਘਰ ਵਾਲੇ ਘਰ ਵਾਲੀਆਂ ਨੂੰ ਝੂਠ ਮਾਰਦੇ ਆ, ਜਦੋਂ ਕੋਈ ਫੋਨ ਆਉਂਦਾ ਕਹਿ ਦਿੰਦੇ ਆ ਬੌਸ ਦਾ ਫੋਨ ਆਇਆ, ਅਤੇ ਗੱਲਾਂ ਕੁੜੀਆਂ ਨਾਲ ਕਰਦੇ ਆ। ਇਹ ਤੂੰ ਕੋਈ ਚੱਜ ਦੀ ਚੀਜ਼ ਦੇਖ ਲਿਆ ਕਰ ਡੰਗਰ ਦਿਮਾਗ, ਤੂੰ ਆਹ ਨਾਟਕ ਡਰਾਮੇ ਦੇਖਦੀ ਰਹਿੰਦੀ ਆ ਲੋਕਾਂ ਦੇ।
ਹੈ ਤੂੰ ਆ ਤੈਨੂੰ ਇੱਕ ਚੈਨਲ ਦੱਸਦਾ ਮੈਂ ਆ ਜੱਗੀ ਟਾਕੀ ਭਰੀ ਹੁਣ ਯੂਟਿਊਬ 'ਤੇ ਉੱਥੇ ਮੁੰਡਾ ਇਨਫੋਰਮੇਟਿਵ ਵੀਡੀਓਜ਼ ਦੇ ਰਿਹਾ ਆ ਤੈਨੂੰ ਉਹ ਤੋਂ ਕੁਛ ਸਿੱਖਣ ਨੂੰ ਮਿਲੂਗਾ ਵੀ ਦੇਸ਼ ਦੁਨੀਆ 'ਚ ਕੀ ਚੱਲ ਰਿਹਾ ਆ ਆ ਡੰਗਰ ਦਿਮਾਗ ਇਹ 'ਚੋਂ ਕੁਛ ਪਾ ਲਾਏ ਚੱਜ ਦਾ ਮੈਨੂੰ ਪਤਾ ਨਹੀਂ ਸੀ ਜੀ ਹੁਣ ਦੇਖਿਆ ਕਰੂੰਗੀ ਹਾਂ ਪਰ ਗੱਲਾਂ ਤਾਂ ਤੁਸੀਂ ਕਰਦੇ ਹੋ ਕਿਸੇ ਨਾਲ ਬੈਗ ਚੱਲ ਤੈਨੂੰ ਸਮਾਣੇ ਛੱਡ ਕੇ ਚੱਲ ਚੱਲ ਕਿਉਂ ਜੀ ਆ ਜੂਗੀ ਬਸ ਇੱਥੇ ਆ ਜੂਗੀ ਕੋਈ ਨਾ ਚੱਲ ਮਨਿੰਦਰ ਛੱਡ ਹੁਣ ਗੁੱਸੇ ਨੂੰ ਕਿੰਨਾ ਕੁ ਲੰਬਾ ਚਲਾਉਣਾ ਇਹ ਚੱਲ ਘਰੇ ਚੱਲਦੇ ਆ ਮੈਂ ਨਹੀਂ ਜਾਂਦੀ ਚੱਲ ਮਾਰ ਲੈ ਗੁੱਸੇ ਨੂੰ ਘਰੇ ਚੱਲਦੇ ਨਹੀਂ ਨਹੀਂ ਮੈਂ ਨਹੀਂ ਜਾਂਦੀ ਚੱਲ ਫਿਰ ਸਮਾਣੇ ਛੱਡ ਚੱਲ ਫਿਰ ਰਹਿ ਪੈ ਨਹੀਂ ਕਿ ਤੁਸੀਂ ਇੰਨਾ ਕਰੀ ਜਾਂਦੇ ਹੋ ਤਾਂ ਕਰਨਾ ਨਾਟਕ ਵਾਲਾ ਕੰਮ ਹੋ ਗਿਆ ਸੱਚੀ ਨਾਟਕ ਕਰਨ ਲੱਗ ਗਈ ਤੂੰ ਸੱਚੀ ਉਹਨਾਂ ਵਾਂਗੂ ਕਮੇਡੀ ਕਰਨ ਲੱਗ ਗਈ ਤੂੰ ਤੁਸੀਂ ਵੀ ਉਹਨਾਂ ਨੂੰ ਕਰਨ ਲੱਗ ਗਏ ਜਮਾ ਜੇ ਮੈਂ ਉਹਨਾਂ ਨੂੰ ਕਰਦੀ ਹਾਂ ਤਾਂ ਹਸਪਤਾਲ ਚੱਲੀਏ ਮੰਨ ਲੈ ਮੇਰੀ ਗੱਲ ਤੈਨੂੰ ਕੁਝ ਹੋਇਆ ਵਿਆ ਤੂੰ ਪਹਿਲਾਂ ਇਹੀ ਜੀ ਨਹੀਂ ਤੀ ਪਹਿਲਾਂ ਤੁਸੀਂ ਵੀ ਨਹੀਂ ਹੈਗੇ ਸੀ ਇਹੋ ਜੇ ਮੈਂ ਮਾੜਾ ਜਿਹਾ ਰੋਸਦੀ ਉਹਦੇ ਮੇਰੇ ਅੱਗੇ ਪਿੱਛੇ ਤੁਰੇ ਫਿਰਦੇ ਸੀ ਹੁਣ ਹੁਣ ਅੱਡੇ ਤੱਕ ਆ ਕੇ ਛੱਡਣੇ ਮੈਨੂੰ ਮੈਂ ਕੰਮ ਕਰਨੇ ਹੁੰਦੇ ਨੇ ਦੁੱਧ ਇਕੱਠਾ ਕਰਨਾ ਹੁੰਦਾ ਫਿਰ ਦੁੱਧ ਪਾ ਕੇ ਆਉਣਾ ਹੁੰਦਾ ਤੂੰ ਵਿਹਲੀ ਬਸ ਗੋਹੇ ਤੇ ਲੱਗੀ ਰਹਿਣੀ ਹੈ ਥਪਕ 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 ਹੋਰ ਕੋਈ ਕੰਮ ਨਹੀਂ ਹਾਂ ਤੇ ਹੋਰ ਕੌਣ ਪੱਥੂਗਾ ਜੇ ਮੈਂ ਨਾ ਪੱਥੂਗੀ ਤਾਂ ਉਹ ਹੁਣ ਵੀ ਬਹੁਤ ਇਕੱਠਾ ਹੋਇਆ ਪਿਆ ਗੋਹਾ ਮਨਿੰਦਰ ਮੰਨ ਲਾ ਮੇਰੀ ਗੱਲ ਚੱਲ ਕਰ ਵੀ ਕਰਨ ਨੂੰ ਚੱਲੀ ਬਸ ਹੁਣ ਵੀ ਆਪਦੇ ਕੰਮ ਨੂੰ ਲੈ ਕੇ ਜਾਣੇ ਵੀ ਗੋਹਾ ਪਿਆ ਇਕੱਠਾ ਹੋਇਆ ਵੀ ਇਹ ਪੱਥਦੇ ਜਾ ਕੇ ਚੱਲ ਹੁਣ ਇਹ ਜਿਹਾ ਮੂੰਹ ਨਾ ਕਰ ਸੜਿਆ ਹੋਇਆ ਖੁਸ਼ ਹੋ ਜਾ ਹੁਣ ਤੈਨੂੰ ਘਰੇ ਲੈ ਕੇ ਚੱਲੇ ਆ ਘਰੇ ਮੈਂ ਆਪਦੀ ਮਰਜ਼ੀ ਨਾਲ ਜਾਂਦੀ ਹਾਂ ਕਿਹੜਾ ਤੁਹਾਡੇ ਕਹਿਣ ਤੇ ਚੱਲੀ ਹਾਂ ਲੱਗਦਾ ਫਰੈਂਡਸ਼ਿਪ ਤੇਰੀ ਕਿਸੇ ਹੋਰ ਨਾਲ ਮੇਰੇ ਨਾਲ ਕਰਦਾ ਤੂੰ ਟਾਈਮ ਪਾਸ ਵੇ ਫਰੈਂਡਸ਼ਿਪ ਤੇਰੀ ਕਿਸੇ ਹੋਰ ਨਾਲ ਮੇਰੇ ਨਾਲ ਨਾ ਤੁਹਾਡਾ ਵੀਰਾ ਬਾਹਰ ਜਦੋਂ ਕਿਤੇ ਜਾਂਦਾ ਕਦੇ ਫੋਨ ਤੇ ਗੱਲਾਂ ਕਰਦਾ ਸੁਣਿਆ ਤੁਸੀਂ ਹਾਂ ਹਾਂ ਮੈਂ ਦੇਖਿਆ ਹੈ ਹਾਂ ਮੈਨੂੰ ਪਤਾ ਹੀ ਸੀ ਵੀ ਹੈਗਾ ਇਹਦਾ ਕੋਈ ਚੱਕਰ ਬਾਹਰ ਕੁੜੀਆਂ ਨਾਲ ਗੱਲਾਂ ਕਰਦਾ ਕੀ ਪਤਾ ਲੱਗਦਾ ਭਾਬੀ ਹੁਣ ਕੁੜੀ ਨਾਲ ਗੱਲ ਕਰਦਾ ਕਿ ਮੁੰਡੇ ਨਾਲ ਗੱਲ ਕਰਦਾ ਫੋਨ ਤੇ ਤਾਂ ਲੱਗਿਆ ਰਹਿੰਦਾ ਸਾਰਾ ਦਿਨ ਪਰ ਆਹੀ ਤਾਂ ਮੈਨੂੰ ਸ਼ੱਕ ਨਾ ਵੀ ਸਾਰਾ ਦਿਨ ਫੋਨ ਆਉਂਦਾ ਕਿਹਦਾ ਹੈ ਮੈਂ ਤੈਨੂੰ ਦੱਸਦਾ ਹਾਂ ਹੁਣ ਮੇਰੇ ਨਾਲ ਇੱਕ ਕੁੜੀ ਦੀ ਗੱਲ ਸੀਗੀ ਆਈ ਡੀ ਮੇਰੇ ਕੋਲ ਹੈਗੀ ਤੀ ਬਾਈ ਨੇ ਮੈਂ ਤਵੈੜੀ ਲੈ ਲਈ ਕਹਿੰਦਾ ਸੀ ਉਹਨਾਂ ਦੇ ਦੁੱਧ ਪਾਉਂਦੇ ਹੈਗੇ ਕਹਿੰਦਾ ਹੁਣ ਕੀ ਪਤਾ ਲੱਗਦਾ ਕੁੜੀਆਂ ਅੱਜ ਕੱਲ੍ਹ ਚਲਾਕ ਬਹੁਤ ਨੇ ਕੀ ਪਤਾ ਕਿੰਨੇ ਕੁ ਚੱਕੀ ਬੈਠੇ ਹੋਵੇ ਬਾਈ ਲੈ ਕੁੜੀ ਦੀ ਆਈ ਡੀ ਲੈ ਕੇ ਕੀ ਕਰਨਾ ਸੀ ਉਹਨਾਂ ਦਾ ਘਰੇ ਜਾਵੇ ਦੁੱਧ ਪਾਉਣਾ ਤਾਂ ਕਹਿੰਦਾ ਮੈਂ ਪੈਸੇ ਲੈਣੇ ਨੇ ਕਹਿੰਦਾ ਫੋਨ ਨਹੀਂ ਚੱਕਦੇ ਮੈਸੇਜ ਹੀ ਕਰਦਾ ਨਾ ਕਹਿੰਦਾ ਬਾਈ ਨੇ ਮੈਸੇਜ ਕਰਤਾ ਚੱਕ ਜਾਣ ਕੇ ਕਰਦਾ ਕੁੜੀ ਦਾ ਨਾਮ ਸ਼ਾਂਤੀ ਤਾਂ ਨਹੀਂ ਸੀ ਕਿਤੇ ਆਏ ਨਹੀਂ ਹੁਣ ਮੈਨੂੰ ਪਤਾ ਹੁਣ ਮੈਂ ਕਿਹੜਾ ਰਜਿਸਟਰੀ ਕਰਾਈ ਫਿਰਦਾਂਗਾ ਬਾਈ ਦੀ ਪਰ ਇੰਨਾ ਪਤਾ ਵੀ ਬਾਈ ਸਾਰਾ ਦਿਨ ਫੋਨ 'ਤੇ ਗੱਲ ਕਰਦਾ ਖਬਰਾਂ ਕਿੰਨੀਆਂ ਕਦਾਂ ਗੱਲਾਂ ਕਰਦਾ ਹੁੰਦਾ ਹਾਏ ਸੱਚੀ ਹੋਰ ਪਰ ਐਂ ਵੀ ਹੋ ਸਕਦਾ ਕਿ ਪਤਾ ਕਰਦਾ ਵੀ ਨਾ ਹੋਵੇ ਭਾਬੀ ਹੁਣ ਉਹਨੂੰ ਦੋ ਪਾਸੇ ਨਾ ਲਾ ਇੱਕ ਗੱਲ ਦੱਸ ਸੱਚੀ ਸੱਚੀ ਹੁਣ ਕਰਦਾ ਕਿ ਨਹੀਂ ਕਰਦਾ ਮੈਂ ਕਿਹੜਾ ਉਹਦੇ ਦਿਲ 'ਚ ਬੈਠੇਗਾ ਫੋਨ 'ਤੇ ਇੰਨਾ ਦੱਸਦਾ ਸਾਰਾ ਦਿਨ ਲੱਗਿਆ ਰਹਿੰਦਾ ਸਾਡਾ ਨਾਂ ਨਾ ਲਾਈ ਕਿਤੇ ਸਾਨੂੰ ਕਟਵਾ ਦੇ ਤੂੰ ਚਲੋ ਗੇਮ ਤੋਂ ਹੀ ਆਪਾਂ ਤੁਹਾਡਾ ਨਾਮ ਤਾਂ ਕਾਹ ਤੋਂ ਲੈਣਾ ਚੱਲ ਕੇ ਨਾ ਉੱਥੇ ਅੰਦਰ ਪਏ ਨੇ ਹਾਂ ਫਿਰ ਇਹ ਸੱਚੀ ਕਿਸੇ ਕੁੜੀਆਂ ਨਾਲ ਗੱਲਾਂ ਕਰਦੇ ਆ ਮੇਰਾ ਸ਼ੱਕ ਗਲਤ ਨਹੀਂ ਹੈਗਾ ਮੈਂ ਤਾਂ ਬਥੇਰੇ ਡਰਾਵੇ ਦੇ ਕੇ ਦੇਖ ਲਏ ਵੀ ਪੇਕੇ ਚੱਲੀ ਹਾਂ ਉਦੋਂ ਵੀ ਪੂਰਾ ਖੁਸ਼ ਹੋ ਗਿਆ ਵੀ ਹਾਂ ਪੇਕੇ ਚੱਲੀ ਆਪ ਛੱਡਣ ਗਿਆ ਮੈਨੂੰ ਅੱਡੇ ਤੱਕ ਤਾਂ ਹੀ
ਤਾਂ ਹੀ ਕਰਦਾ ਇਹ ਸਾਰਾ ਕੁਛ ਕਿਉਂਕਿ ਇਹਦੀ ਗੱਲ ਆ ਕਿਤੇ ਬਾਹਰ। ਕੋਈ ਨਾ ਅੱਜ ਇਹਨੂੰ ਘਰੇ ਆਉਂਦੇ, ਇਹਦੀ ਖਬਰ ਤਾਂ ਮੈਂ ਲੈਂਦੀ ਹਾਂ। ਸ਼ਾਂਤੀ ਕੇ ਦੁੱਧ ਆਪਾਂ ਥੋੜ੍ਹੀ ਪਾ ਕੇ ਆਉਣਾ, ਸ਼ਾਂਤੀ ਕੇ ਦੁੱਧ ਬਾਈ ਨੇ ਪਾ ਕੇ ਆਉਣਾ ਗਾ। ਹੋਰ ਬਾਈ ਨੇ ਟਾਈਮ ਦਿੱਤਾ ਹੋਇਆ ਗਾ, ਬਾਈ ਆਪ ਪਾ ਕੇ ਆਊਗਾ ਦੁੱਧ ਸ਼ਾਂਤੀ ਕੇ ਘਰੇ। ਹਾਂ ਆਪਾਂ ਨੇ ਨਹੀਂ ਜਾਣਾ ਹੈਗਾ ਸ਼ਾਂਤੀ ਕੇ ਘਰੇ ਦੁੱਧ ਪਾਉਣਾ। ਅੱਛਾ ਇਹ ਸ਼ਾਂਤੀ ਕੇ ਦੁੱਧ ਪਾ ਕੇ ਆਉਂਦੇ ਆ, ਉਹਦੇ ਨਾਲ ਗੱਲਬਾਤ ਆ। ਤਾਂ ਹੀ ਸਾਰਾ ਦਿਨ ਸ਼ਾਂਤੀ ਸ਼ਾਂਤੀ ਹੁੰਦੀ ਆ। ਕੋਈ ਗੱਲ ਨਹੀਂ, ਇਹਨਾਂ ਦੀ ਸ਼ਾਂਤੀ ਤਾਂ ਹੁਣ ਮੈਂ ਭੰਗ ਕਰੂੰਗੀ। ਆ ਚੱਕੋ ਬੌਕਰ ਵੀ ਆਪ ਮਾਰੋ, ਜਾ ਨੀਰਾ ਵੀ ਪਾ ਦਿਓ ਇਹਨਾਂ ਨੂੰ ਪਸ਼ੂਆਂ ਨੂੰ। ਤੁਹਾਨੂੰ ਕਹੀਏ ਨੀ ਅਨਗੌਲਾ ਕਰਕੇ ਤੁਰ ਪਏ। ਓਏ ਯਾਰ ਤੈਨੂੰ ਕੀ ਗੌਲਾ ਮੈਂ, ਆ ਹੁਣ ਤੇਰੀ ਨਵੀਂ ਕਰਤੂਤ ਆ, ਆ ਕਾਹਤੋਂ ਸਿੱਟ ਰਹੀਆਂ ਚੀਜ਼ਾਂ ਨੂੰ, ਆ ਨਾਲੇ ਟੋਕਰਾ ਘਸਿਆ ਪਿਆ ਨਵਾਂ ਨਹੀਂ ਲੈ ਜਾਂਦਾ। ਮੈਂ ਕੋਈ ਨੌਕਰ ਨਹੀਂ ਹੈਗੀ, ਵੀ ਤੁਸੀਂ ਵਿਆਹ ਕੇ ਸਿਰਫ ਮੈਨੂੰ ਕੰਮ ਵਾਸਤੇ ਲੈ ਕੇ ਆਂਦਾ ਹੈ, ਸਾਧਨ ਧੰਦਾ ਪਿੱਟੀ ਜਾਂਦੀ ਹੈ ਤੁਹਾਡਾ, ਤੁਹਾਨੂੰ ਕੋਈ ਮੇਰੀ ਫਿਕਰ ਹੀ ਨਹੀਂ ਹੈਗੀ ਹੈ, ਸਾਧਨ ਬਾਅਦ ਤੁਰੇ ਫਿਰਦੇ ਹੋ ਤੁਸੀਂ। ਕੀ ਹੋ ਗਿਆ, ਕਿਹੜੀ ਗੱਲ ਦੀ ਫਿਕਰ ਕਰਨ ਦੱਸ। ਲੈ ਹੁਣ ਇਹ ਵੀ ਮੈਂ ਦੱਸਾਂ ਵੀ ਕਿਹੜੀ ਗੱਲ ਦੀ ਫਿਕਰ ਕਰੋ ਤੁਸੀਂ। ਮਨਿੰਦਰ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਾ, ਦੋ ਦਿਨ ਪਹਿਲਾਂ ਦੀ ਤੂੰ ਲੜ ਰਹੀ ਆ, ਉਸ ਲੜਾਈ ਦਾ ਕੋਈ ਨਤੀਜਾ ਨਿਕਲਿਆ? ਪੇਕੇ ਜਾਣ ਲੱਗੀ ਸੀ ਤੂੰ, ਵਾਪਸ ਮੁੜੇ ਉੱਧਰ ਵੀ ਨਹੀਂ ਗਈ। ਹੁਣ ਮੈਨੂੰ ਦੱਸ ਕੀ ਚਾਹੁੰਦੀ ਆ ਤੂੰ, ਪੇਕੇ ਜਾਣਾ ਚਾਹੁੰਦੀ ਆ? ਅੱਛਾ ਆਹਾ ਖਾ ਰੱਖੀ ਬੈਠੇ ਹੋ ਦਿਲ 'ਚ ਵੀ ਪੇਕੇ ਕਾਹਤੋਂ ਨਹੀਂ ਗਈ ਹਨਾ, ਨਤੀਜੇ ਕੀ ਭਾਲਦੇ ਹੋ? ਇਹੀ ਨਤੀਜੇ ਭਾਲਦੇ ਹੋ ਵੀ ਇਹ ਨਿਕਲੇ ਤੇ ਮੈਂ ਘਰੇ ਸ਼ਾਂਤੀ ਲੈ ਕੇ ਆਵਾਂ ਹੈ? ਇਹ ਕਿਹੜੀ ਸ਼ਾਂਤੀ, ਕੀ ਤੈਨੇ ਮੇਰਾ ਦਿਮਾਗ ਖਾ ਲਿਆ? ਤੂੰ ਮੈਨੂੰ ਐਂ ਦੱਸ ਮੈਂ ਇਹੋ ਜਿਹਾ ਕੀ ਕਰਾਂ ਤੇਰੇ ਵਾਸਤੇ ਜਿਹੜਾ ਤੈਨੂੰ ਮੇਰੇ ਤੇ ਯਕੀਨ ਹੋ ਜੇ। ਤੁਸੀਂ ਕਰੋਗੇ ਉਹ ਗੱਲ ਜਿਹੜੀ ਮੈਂ ਤੁਹਾਨੂੰ ਕਹੂੰਗੀ? ਤਾਂ ਹੀ ਤਾਂ ਪੁੱਛਿਆ ਹੈ ਤੈਨੂੰ। ਫਿਰ ਡਰਾਉਣੇ ਕਾ ਤੂੰ ਪਿਆਰ ਨਾਲ ਪੁੱਛ ਸਕਦੇ ਹੋ? ਪਿਆਰ ਦੇ ਲਾਇਕ ਨਹੀਂ ਹੈਗੀ ਤੂੰ। ਹਾਂ ਪਿਆਰ ਦੇ ਲਾਇਕ ਤਾਂ ਹੋਰ ਆ ਨਾ, ਮੈਂ ਕਾ ਤੂੰ ਪਿਆਰ ਦੇ ਲਾਇਕ ਰਹਿ ਗਈ ਹੁਣ? ਮੈਂ ਕੁਝ ਪੁੱਛਿਆ ਹੈ ਤੈਨੂੰ, ਉਹ ਗੱਲ ਦਾ ਜਵਾਬ ਹੈਗਾ ਤੇਰੇ ਕੋਲ? ਜਵਾਬ ਹੈਗਾ ਮੈਨੂੰ ਤਾਂ ਲੱਗਦਾ ਨਹੀਂ ਮੰਨੋਗੇ ਤੁਸੀਂ। ਚੱਲ ਫਿਰ ਜਾ ਕੰਮ ਕਰ ਜਾ, ਉਹ ਚੱਕ ਰੜਕਾ, ਉਹ ਚੱਕ ਟੋਕਰਾ, ਇਹ ਭੁਲੇਖਾ ਕਰ ਦੋ ਵੀ ਕੰਮ ਕਰੂੰਗੀ। ਤੁਸੀਂ ਚੱਕੋ, ਤੁਸੀਂ ਕੰਮ ਕਰੋ। ਕਹੀ ਘਰ ਵਾਲੀਆਂ ਤੂੰ ਦੇਖ ਲਾ ਇੱਜ਼ਤ ਦਿੰਦੀ ਆ ਘਰ ਵਾਲੀ ਨੂੰ ਆਪਣਿਆਂ ਨੂੰ। ਤੁਸੀਂ ਕਿੰਨੀ ਕੁ ਦਿੰਦੇ ਹੋ ਮੈਨੂੰ? ਉਹ ਬਾਈ ਤੈਨੂੰ ਕਹਿ ਤਾਂ ਰਿਹਾ ਵੀ ਤੂੰ ਦੱਸ ਇਹੋ ਜਿਹਾ ਕੀ ਕਰਾਂ ਮੈਂ ਤੇਰੇ ਵਾਸਤੇ ਜਿਹੜਾ ਤੇਰਾ ਸ਼ੱਕ ਮਿਟ ਜੇ। ਠੀਕ ਹੈ, ਪਹਿਲੀ ਗੱਲ ਤਾਂ ਆਪਦਾ ਫੋਨ ਘਰੇ ਰੱਖ ਕੇ ਜਾਣਾ। ਘਰੇ ਕੀ ਰੱਖ ਜਾਣਾ, ਤੁਸੀਂ ਆਪ ਵੀ ਘਰੇ ਰਹਿਣਾ। ਵਾਹ ਵਾਹ ਵਾਹ, ਇਹੋ ਜਿਹੀ ਘਰ ਵਾਲੀ ਹੋਣੀ ਚਾਹੀਦੀ ਆ। ਚੱਲ ਮੈਂ ਘਰੇ ਰਹੂੰਗਾ, ਸ਼ਾਬਾਸ਼ ਕੰਮ ਕਰਿਆ ਕਰ ਤੂੰ, ਠੀਕ ਆ? ਹਾਂ ਠੀਕ ਹੈ। ਕੰਮ ਤੂੰ ਕਰੀ, ਟੈਂਪੂ ਲੈ ਕੇ ਜਾਈ, ਦੁੱਧ ਇਕੱਠਾ ਕਰੀ। ਅਰਸ਼ ਤੇ ਮੰਗੂ ਹੈਗੇ ਆ? ਕਿਉਂ ਅਰਸ਼ ਤੇ ਮੰਗੂ ਕਿਉਂ ਆ, ਤੂੰ ਚਲਾਈ ਉੱਥੇ, ਅਰਸ਼ ਸਾਈਡ ਤੇ ਬੈਠੂਗਾ ਕਨੈਕਟਰ ਬਣ ਕੇ। ਕੋਈ ਗੱਲ ਨਹੀਂ ਸਿੱਖ ਲੂੰਗੀ ਤੇ ਚਲਾ ਲੂੰਗੀ ਮੈਂ, ਐਡੀ ਵੀ ਕੀ ਗੱਲ ਹੈ ਦੱਸ, ਜੇ ਘਰ ਦਾ ਕੰਮ ਕਰਦੀ ਆ ਬਾਹਰ ਦਾ ਵੀ ਕਰ ਲੂੰਗੀ, ਪਰ ਤੁਸੀਂ ਨਹੀਂ ਕਰੋ ਬਾਹਰ ਪੈਰ ਪੱਟਣਾ। ਅੱਛਾ ਚੱਲ ਮੈਂ ਘਰੋਂ ਨਹੀਂ ਪੈਰ ਪੱਟਦਾ, ਨਾ ਮੈਂ ਚੱਕਾਂ ਫੋਨ। ਹਾਂ ਫੋਨ ਮੇਰੇ ਕੋਲ ਹੋਣਾ ਚਾਹੀਦਾ। ਹਾਂ ਹਾਂ ਫੋਨ ਤੇਰੇ ਕੋਲੇ, ਤੈਨੂੰ ਫੋਨ ਫੜਾ ਦਿੰਦਾ ਆ, ਪਰ ਮੇਰੀ ਇੱਕ ਗੱਲ ਹੁਣ ਧਿਆਨ ਨਾਲ ਸੁਣ, ਮੈਨੂੰ ਉਹ ਬੰਦਾ ਦੱਸ ਵੀ ਜਿਹੜਾ ਤੈਨੂੰ ਐਂ ਕਹਿੰਦਾ ਆ ਵੀ ਮੈਂ ਕੁੜੀਆਂ ਨਾਲ ਗੱਲਾਂ ਕਰਦਾ ਆ, ਜਾਂ ਤੈਨੂੰ ਕਿੱਥੋਂ ਪਤਾ ਲੱਗਿਆ ਮੈਂ ਕੁੜੀਆਂ ਨਾਲ ਗੱਲਾਂ ਕਰਦਾ? ਮੈਨੂੰ ਉਹ ਚੀਜ਼ ਦੱਸ, ਮੈਂ ਫੋਨ ਵੀ ਰੱਖ ਦੂੰਗਾ ਤੇਰੇ ਕੋਲੇ, ਮੈਂ ਆਪ ਵੀ ਇੱਥੇ ਹੀ ਰਹੂੰਗਾ, ਤੂੰ ਜਾਇਆ ਕਰੀ ਟੈਂਪੂ 'ਚ, ਠੀਕ ਆ? ਮੈਂ ਕੰਮ ਵੀ ਕਰੂੰਗਾ ਘਰ ਦੇ ਸਾਰੇ। ਮੈਨੂੰ ਤਾਂ ਕਿਹਨੇ ਕਹਿਣਾ, ਮੈਨੂੰ ਹੁਣ ਆਪ ਨੂੰ ਹੀ ਦਿਸਦਾ ਸਾਰਾ ਕੁਛ, ਮੈਨੂੰ ਕਿਹੜਾ ਪਤਾ ਨਹੀਂ ਲੱਗਦਾ। ਐਡੀ ਤੂੰ ਚਲਾਕ ਹੈ ਨਹੀਂ, ਠੀਕ ਆ ਨਾ, ਜਿੱਡੀ ਬਣ ਰਹੀ ਆ ਦੇਖਦਾ ਆ ਤੈਨੂੰ ਅੰਨੀ ਨੂੰ। ਮੈਨੂੰ ਤਾਂ ਅਰਸ਼ ਤੇ ਮੰਗੂ ਦੱਸ ਦੇ, ਕਹਿੰਦੇ ਬਾਹਰ ਕੁੜੀਆਂ ਨਾਲ ਗੱਲਾਂ ਕਰਦਾ, ਜਾਣ ਜਾਣ ਕੇ ਕੁੜੀਆਂ ਘਰੇ ਦੁੱਧ ਪਾਉਣ ਜਾਂਦਾ, ਉੱਥੇ ਕੁੜੀਆਂ ਨੂੰ ਫਸਾ ਲੈਂਦਾ, ਫਿਰ ਗੱਲਾਂ ਕਰਦਾ ਉਹਨਾਂ ਨਾਲ, ਦੱਸ ਕੇ ਗਏ ਸਾਰਾ ਕੁਝ ਮੈਨੂੰ, ਐਵੇਂ ਤਾਂ ਨਹੀਂ ਮੈਂ ਬੋਲਦੀ ਤੁਹਾਡੇ ਨਾਲ। ਇਹ ਤੇਰੇ ਵਰਗੀ ਜਨਾਨੀ ਨਾ ਹਰੇਕ ਦੀਆਂ ਗੱਲਾਂ 'ਚ ਆ ਜਾਂਦੀ ਆ,
ਹੈ ਤੈਨੂੰ ਉਹਨਾਂ ਤੇ ਯਕੀਨ ਹੋ ਗਿਆ ਤੈਨੂੰ ਆਪਣੇ ਘਰ ਵਾਲੇ ਤੇ ਯਕੀਨ ਨਹੀਂ ਹੈਗਾ ਦੇਖ ਲੈ ਕਿੱਡੀ ਬੜੀ ਗੱਲ ਆ ਨਾ 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 ਯਕੀਨ ਤਾਂ ਰੱਬ ਵਰਗਾ ਮੈਨੂੰ ਛੱਡੇ ਤੇ ਹਾਂ ਦਿਖਦਾ ਆ ਕਿੰਨਾ ਕੁ ਰੱਬ ਵਰਗਾ ਆ ਉਹ ਸਾਲੇ ਕੁੱਤੇ ਇਹੋ ਜਿਹਾ ਮੇਰੀਆਂ ਜੜਾਂ ਵਿੱਚ ਬੈਠ ਕੇ ਹੈ ਉਹ ਨਾਲੇ ਤੈਨੂੰ ਛੇੜ ਦੇਣਗੇ ਮੈਨੂੰ ਇੱਥੋਂ ਤੱਕ ਲੱਗਦਾ ਇਹੋ ਜਿਹਾ ਹੈ ਨਹੀਂ ਇੱਕ ਵਾਰੀ ਛੇੜ ਲੈਂਦੇ ਦੋ ਵਾਰੀ ਵਾਰੀ ਵਾਰ ਤਾਂ ਉਹੀ ਗੱਲ ਕਹਿਣਗੇ ਮੈਨੂੰ ਕਿੰਨੇ ਵਾਰੀ ਦੱਸਿਆ ਉਹਨਾਂ ਨੇ ਮੈਨੂੰ ਵੀ ਵੀਰਾ ਬਾਹਰ ਗੱਲਾਂ ਕਰਦਾ ਕੁੜੀਆਂ ਨਾਲ ਤੂੰ ਐਂ ਕਰ ਮੇਰੀ ਗੱਲ ਸੁਣ ਮੈਂ ਨਹੀਂ ਜਾਂਦਾ ਉਹਨਾਂ ਕੋਲ ਤੂੰ ਫੋਨ ਕਰਕੇ ਉਹਨਾਂ ਨੂੰ ਇੱਥੇ ਹੀ ਬੁਲਾ ਜੇ ਉਹਨਾਂ ਨੇ ਮੇਰੇ ਸਾਹਮਣੇ ਇਹ ਗੱਲ ਕਹਿਤੀ ਤਾਂ ਮੈਂ ਮੰਨ ਜੂੰਗਾ ਮੈਂ ਇੱਥੇ ਬੈਠਾਂ ਘਰੇ ਫਿਰ ਮੈਂ ਕਿਤੇ ਨਹੀਂ ਜਾਂਦਾ ਕੰਮ ਵੀ ਕਰੂੰਗਾ ਠੀਕ ਆ ਡਰਾ ਲੂੰਗੇ ਤੁਸੀਂ ਉਹਨਾਂ ਨੂੰ ਉਹ ਤਾਂ ਹੀ ਤਾਂ ਕਹਿ ਰਿਹਾ ਤੂੰ ਫੋਨ ਕਰ ਜੇ ਮੈਂ ਗਿਆ ਫਿਰ ਤੈਨੂੰ ਐਂ ਲੱਗੂਗਾ ਮੈਂ ਡਰਾ ਲਿਆ ਉਹਨਾਂ ਨੂੰ ਤੂੰ ਉਰੇ ਬੁਲਾ ਉਹਨਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਬੁਲਾ ਬੁਲਾ ਲੈਣੀ ਫਿਰ ਮੈਂ ਕਹਿੰਦਾ ਝੂਠ ਮਾਰਦੀ ਜਦ ਦਫਾ ਉਹ ਕਰ ਫੋਨ ਦਾ ਪਹਿਲਾਂ ਬੋਲੀ ਸੁਧਾਰ ਲਓ ਆਪ ਇਹ ਨਹੀਂ ਸੁਧਰਦੀ ਹੁਣ ਇਹ ਤਾਂ ਹੁਣ ਤੈਨੂੰ ਲੋਕਾਂ ਦੀਆਂ ਗੱਲਾਂ ਚਾਹੀਆਂ ਨਾ ਲੋਕਾਂ ਦੀਆਂ ਗੱਲਾਂ ਚਾਹੀਏ ਹੁਣ ਜਾਂ ਫੋਨ ਕਰ ਤੈਨੂੰ ਲੋਕ ਵੀ ਸੱਚ ਕਹਿੰਦੇ ਹਾਂ ਹੁਣ ਤੈਨੂੰ ਦਿਖਾਉਂ ਲੋਕਾਂ ਦਾ ਸੱਚ ਕੋਈ ਨਹੀਂ ਤੇਰ ਜੇ ਨਾ ਕੱਢ ਹੁਣ ਮੇਰੇ ਕਹਿੰਦੇ ਆ ਗਏ ਆ ਗਏ ਆ ਗਏ ਪਤਾ ਨਹੀਂ ਯਾਰ ਫੋਨ ਕਰਿਆ ਦੀਗਾ ਕਹਿੰਦੇ ਆ ਜਾ ਪਤਾ ਲੱਗੂ ਪਤਾ ਨਹੀਂ ਕੀ ਗੱਲ ਆ ਜਾਓ ਆ ਜਾਓ ਆ ਜਾਓ ਕੀ ਹੋ ਗਿਆ ਚੱਲ ਅਰਸ਼ ਤੂੰ ਤਾਂ ਆ ਜਾ ਉਹ ਬਈ ਮੈਨੂੰ ਕਿਹਾ ਸੀਗਾ ਵੀ ਫੈਂਟ ਲਾ ਦੇ ਦੁੱਧ ਦੀ ਇਹਨੇ ਆਪੇ ਸਿਆਵ ਲਿਖਤਾ ਵੀ ਹੁਣ ਮੈਂ ਦੱਸ ਕੀ ਕਰਾਂ ਮੇਰਾ ਕੀ ਕਸੂਰ ਤੀ ਆ ਜਾਓ ਮੈਂ ਵੀ ਸਰੀ ਫੈਂਟ ਲਾਵਾਂ ਬਈ ਮੇਰੀ ਕੋਈ ਗਲਤੀ ਨਹੀਂ ਮੈਂ ਮੰਗੂ ਨੂੰ ਕਿਹਾ ਸੀਗਾ ਵੀ ਮੇਜਰ ਕੀ ਫੈਂਟ ਤੂੰ ਲਾਇਆ ਕਰ ਉਹ ਬਿਨਾਂ ਫੈਂਟ ਦੀ ਦੁੱਧ ਲਿਖ ਓਏ ਮੇਜਰ ਕੀ ਫੈਂਟ ਦੀ ਗੱਲ ਨਹੀਂ ਹੋ ਰਹੀ ਇੱਥੇ ਮੇਰੀ ਗੱਲ ਸੁਣ ਹੋਰ ਕੀ ਗੱਲ ਆ ਬਈ ਤੂੰ ਰੇ ਤੇਰੀ ਭਰਜਾਈ ਕੋਲ ਮੇਰੇ ਬਾਰੇ ਕੀ ਕਹਿ ਕੇ ਗਿਆ ਵੀ ਮੈਂ ਕੁੜੀਆਂ ਨਾਲ ਗੱਲਾਂ ਮਾਰਦਾ ਡਰੀ ਨਾ ਮੈਂ ਤੇਰੇ ਨਾਲ ਆ ਹੋਰ ਸੱਚ ਦੱਸ ਇਹ ਯਾਰ ਰਾਵਣ ਦੀ ਕੁੜੀ ਮੈਂ ਤੇਰੇ ਨਾਲ ਆ ਬਚਾ ਲੇਗੀ ਫਿਰ ਤੂੰ ਹਾਂ ਹੱਥ ਲਾਈ ਦੂਜੇ ਆਖ ਨੂੰ ਫਿਰ ਹਾਂ ਡਰਾਇਆ ਨਾ ਹੁਣ ਤੂੰ ਜਾਣ ਕੇ ਓ ਮੈਨੂੰ ਤਾਂ ਕੋਈ ਗੱਲ ਦੱਸ ਦੋ ਆਪਦੀ ਮਗਜ ਮਰੀ ਜਾਂਦੇ ਹੋ ਤੂੰ ਕਿਹਾ ਸੀ ਨਾ ਮੈਨੂੰ ਕੀ ਵੀ ਵੀਰਾ ਬਾਹਰ ਕਿਸੇ ਕੁੜੀਆਂ ਨਾਲ ਗੱਲਾਂ ਕਰਦਾ ਕਰਦਾ ਨਾ ਕਹਿ ਨੂੰ ਦੱਸ ਉਹੀ ਤਾਂ ਕਿਨਾਂ ਬਣਾਈ ਜਾਂਦੀ ਮੈਂ ਮੈਂ ਕਹਿ ਨਹੀਂ ਸਕਦਾ ਗਿਆ ਅਰਸ਼ ਮੁੱਕਰ ਗਿਆ ਤੂੰ ਹੱਦ ਹੋਈ ਪਈ ਆ ਕੋਈ ਜਵਾਨ ਆ ਤੇਰੇ ਬੰਦੇ ਵਾਲੀ ਭਾਬੀ ਮੈਂ ਕਦੋਂ ਕਹਿ ਗਿਆ ਤੈਨੂੰ ਐਂ ਕਿਉਂ ਕਰਦੀ ਹੁੰਦੀ ਆ ਮਨਿੰਦਰ ਤੇਰਾ ਦਿਮਾਗ ਹੱਲ ਗਿਆ ਤੈਨੂੰ ਸਾਰੇ ਬੰਦੇ ਤੈਨੂੰ ਐਂ ਲੱਗਦਾ ਵੀ ਆ ਕੇ ਮੇਰੇ ਬਾਰੇ ਗਲਤ ਬੋਲਦੇ ਨੇ ਤੂੰ ਆਪੇ ਸੋਚੀ ਇਹਨੇ ਖਾਨੀ ਤੈਨੂੰ ਸੁਪਨੇ ਚ ਆਣ ਲੱਗ ਗਏ ਇਹ ਇੱਕ ਮਿੰਟ ਅੱਜ ਤੂੰ ਤੇ ਮੰਗੂ ਜਦੋਂ ਡਰਮ ਲੈਣ ਆਏ ਸੀ ਤੂੰ ਮੈਨੂੰ ਕਹਿ ਕੇ ਨਹੀਂ ਗਿਆ ਵੀ ਹਾਂ ਵੀਰਾ ਗੱਲਾਂ ਕਰਦਾ ਬਾਹਰ ਕਿਸ ਨਾਲ ਹਾਂ ਫਿਰ ਤੁਸੀਂ ਐਂ ਵੀ ਕਿਹਾ ਸੀ ਕਿ ਵੀਰਾ ਸ਼ਾਂਤੀ ਦੁੱਧ ਵੀਰਾ ਪਾ ਕੇ ਆਊਗਾ ਮੈਂ ਤਾਂ ਕੋਈ ਨਹੀਂ ਕਿਹਾ ਮੇਰੀ ਗੱਲ ਸੁਣ ਭਲਾ ਡੇ ਵਧੀਆ ਡਾਕਟਰ ਆ ਭਾਬੀ ਨੂੰ ਉਹਦੇ ਕੋਲ ਦਿਖਾ ਕੇ ਆ ਦਿਮਾਗ ਖਤਮ ਲੈ ਨਾ ਨਾ ਕੀ ਕੀ ਡਾਕਟਰ ਹੈ ਭਾਬੀ ਮੈਂ ਜਾਣ ਕੇ ਝੂਠ ਕਦੋਂ ਮਾਰਦਾ ਨਾ ਤੂੰ ਸੌਂ ਵੀ ਖਾਧੀ ਸੀ ਵੀ ਰੱਬ ਦੀ ਸੌਂ ਲੱਗੇ ਖਾਧੀ ਸੀ ਕਿ ਨਹੀਂ ਖਾਧੀ ਮੈਂ ਤਾਂ ਜੱਗੀ ਬਈ ਮੇਰੀ ਗੱਲ ਸੁਣ ਮੈਂ ਇਹ ਗੱਲ ਕਹਿ ਸਕਦਾ ਹਾਂ ਮੈਂ ਜਮੀ ਨਹੀਂ ਕਹਿੰਦਾ ਇਹ ਗੱਲ ਮੈਂ ਦੇਖਾਂ ਤੇਰੀ ਬਾਹਾਂ ਘੁੱਟ ਰਹੇ ਨੇ ਯਾਰ ਮੈਨੂੰ ਤੇਰੇ ਤੇ ਵੀ ਨਹੀਂ ਯਕੀਨ ਹੈਗਾ ਠੀਕ ਹੈ ਨਾ ਨਾ ਉਹਦੇ ਤੇ ਉਹ ਤੇਰੇ ਤੇ ਮੈਨੂੰ ਜਮੇ ਨਹੀਂ ਰਿਹਾ ਹੁਣ ਯਕੀਨ ਆ ਤੇਰੇ ਮੂੰਹ ਤੇ ਆ ਹੁਣ ਮੰਨਿਆ ਇਹ ਤੂੰ ਆਪੇ ਗੱਲਾਂ ਬਣਾਉਣੀ ਆ ਆਪਣੇ ਕੋਲੋਂ ਸਾਡਾ ਘਰ ਛੜਵਾਉਣਾ ਤੂੰ ਮੰਨ ਜਾ ਸਾਡੀ ਗੱਲ ਤਲਾਕ ਦਾ ਹੋ ਜੂਗੀ ਕਿਵੇਂ ਪ੍ਰੂਫ ਉਤਾਰਦੀ ਤੇ ਕਿ ਮੈਂ ਜਦੋਂ ਕੁਝ ਕਹੀ ਨਹੀਂ ਗਿਆ ਓਏ ਛੋਟਾ ਆ ਤੂੰ ਆ ਗੱਲ ਕਿਵੇਂ ਕਰਦਾ ਤੈਨੂੰ ਅਕਲ ਨਹੀਂ ਗੱਲ ਕਰਨ ਦੀ ਆ ਬਾਹਰ ਕਾ ਤੂੰ ਸੋੜਦੀ ਐ ਮੈਂ ਤੈਨੂੰ ਦੱਸਦਾ ਸੱਚ ਸੱਚ ਦੱਸ ਕੀ ਗੱਲ ਹੋਈ ਸੀ ਅੱਗੇ ਸੱਦੀ ਨਾ ਬੁਲਾਈ ਮੇਰਾ ਜਦੋਂ ਕੋਈ ਵਿੱਚ ਰੋਲੇ ਦੀ ਮੈਨੂੰ ਹੀ ਸੀ ਜਾਂਦੇ ਨੇਗੇ ਚੱਲ ਫਿਰ ਦੱਸੇਗਾ ਕਿ ਨਾ ਦੱਸੇਗਾ ਕਿ ਨਾ ਹਾਂ ਦੱਸਦਾ 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 ਫਿਰ ਆ ਤਾਂ ਛੱਡ ਦੇ ਦੱਸ ਹੁਣੇ ਦੱਸ ਆ ਖੱਲੀ ਛੱਡ ਦੂਗੀ ਆ ਬਾਈ ਵਰ ਕੇ ਬਾਈ ਵਰ ਕੇ ਤੇ ਦੱਸ ਤੂੰ ਆ ਮੇਰਾ ਹੁਣੇ ਦੱਸ ਹੁਣੇ ਦੱਸ ਹਾਂ ਮੈਂ ਕਿਹਾ ਸੀਗਾ ਆ ਨਾ ਹੁਣ ਮੈਨੂੰ ਤੇਰੇ ਤੇ ਯਕੀਨ ਰਿਹਾ ਨਾ ਤੇਰੇ ਤੇ
ਤੁਸੀਂ ਦੋਨੇ ਬੰਦੇ ਨਾ ਮੇਰੀ ਜ਼ਿੰਦਗੀ ਚੋਂ ਗੈਟ ਆਊਟ ਹੋ, ਦਫਾ ਹੋ ਜਾਓ। ਉਹ ਐਂ ਕਿਉਂ ਕਰਦਾ ਮਿੱਠੂ ਕੇ ਦੁੱਧ ਪਾਉਣਾ, ਵਿਆਹ ਦੀ ਸਹੀ ਆ ਰਹੀ ਆ। ਉਦੋਂ ਬਾਅਦ ਘਰੇ ਨਾ ਵੜ ਜੀ, ਕੱਲ ਨੂੰ ਉਰੇ ਨਾ ਆ ਜੀ ਵਾਪਸ। ਉਹ ਐਂ ਕਿਉਂ ਕਰਦਾ ਬਈ, ਚਲੋ ਬਈ ਮੈਂ ਤਾਂ ਮਜ਼ਾਕ ਕਰਦਾ ਸੀ ਯਾਰ। ਮੈਂ ਵੀ ਮਜ਼ਾਕ ਹੀ ਕਰ ਰਿਹਾ, ਚੱਲ ਭਾਬੀ ਸੌਰੀ, ਮੈਂ ਤਾਂ ਮਜ਼ਾਕ ਕਰਦਾ ਸੀ ਬਈ। ਤੂੰ ਵੀ ਆਪਣਾ ਬੋਰੀ ਬਿਸਤਰਾ ਪੈਕ ਕਰ ਆਪਣਾ ਪੇਕਿਆਂ ਨੂੰ, ਚੱਲ। ਨਾ ਨਾ ਜੀ, ਐਂ ਨਾ ਕਹੋ, ਕੁਛ ਨਹੀਂ ਹੁੰਦਾ, ਇੰਨੇ ਤਾਂ ਚੱਲਦੇ ਹੀ ਰਹਿੰਦਾ, ਮਖੌਲ ਹੀ ਕਰਦਾ ਸੀ ਜਵਾਨ। ਮਖੌਲ ਹੀ ਕਰਦਾ ਸੀ, ਮੈਂ ਵੀ ਮਖੌਲ ਹੀ ਕਰੀ ਜਾਂਦੀ ਸੀ ਤੁਹਾਡੇ ਨਾਲ। ਮੰਗੂ ਵੀ ਤਾਂ ਹੀ ਭੱਜ ਗਿਆ ਯਾਰ, ਮੈਨੂੰ ਸਾਰੇ ਬੌਲੀ ਟੱਕ ਰਹੇ ਹੋ ਤੁਸੀਂ, ਹੈ ਜਨਾਨੀ ਅਜੇ ਟੱਕਰ ਗਈ, ਕੰਮ ਤੇ ਵੀ ਬੰਦੇ ਹੋਏ ਟੱਕਰ ਗਏ। ਉਹ ਬਈ ਯਾਰ ਘੱਟ ਤੇ ਵੀ ਨਹੀਂ ਗਈ, ਥੋੜੀ ਜਿਹੀ ਝੋਕ ਮੈਲ ਆ ਗਿਆ, ਹੁਣ ਮੈਂ ਦੱਸ ਕੀ ਕਰਾਂ ਫਿਰ। ਮੈਂ ਤਾਂ ਮਜ਼ਾਕ ਕਰਦਾ ਸੀ ਯਾਰ, ਤੇਰੀਆਂ ਝੋਕਾਂ ਦਾ ਨਾ ਮੈਂ ਉੱਥੇ ਜਦੋਂ ਤੈਨੂੰ ਦੁੱਧ ਵਾਲੀ ਜਿਹਦੇ ਫੈਟ ਲਾਉਂਦੇ ਨਾ ਮਸ਼ੀਨ ਤੇ ਬਿਠਾ ਕੇ ਜਾਂ ਤੈਨੂੰ ਘੁਮਾਇਆ, ਤੈਨੂੰ ਲੱਗ ਜੂਗਾ ਪਤਾ ਝੋਕ ਕਿਵੇਂ ਲਾਈ। ਲੜਾਈ ਪਵਾ ਕੇ ਸਾਡੇ ਚ ਬਿਨਾਂ ਗੱਲਾਂ, ਚੱਲ ਚੰਗਾ ਬਈ। ਦਿਸੀ ਨਾ ਸਾਡੇ ਘਰੇ, ਹੁਣ ਜਮੀ ਨਹੀਂ ਆਉਂਦਾ ਮੈਂ ਤਾਂ, ਕੋਈ ਲੜਾਈ ਪਵਾ ਕੇ ਚੁੱਪ ਹੋ ਜਾ। ਐਨ ਸੌਰੀ, ਤੇਰੀ ਗੱਲ ਸੁਣ, ਬੈਗ ਪੈਕ ਕਰ ਲੈ, ਮੈਨੂੰ ਬੁਲਾਉਣ ਦੀ ਲੋੜ ਨਹੀਂ। ਤੈਂ ਮੇਰੀ ਬਾਹਰ ਹੁਣ ਉਹ ਜਾ ਕੇ ਲੋਕਾਂ ਕੋਲ ਵੀ ਜਾ ਕੇ ਦੱਸੂਗਾ ਆਪਣੀ ਕਰਤੂਤ, ਤੈਂ ਮੇਰੀ ਕੀ ਇੱਜ਼ਤ ਰੱਖੀ ਆ। ਮੈਂ ਕਿਹਾ ਸੀ ਨਾ, ਨਾਲੇ ਮੇਰੀ ਗੱਲ ਸੁਣ, ਦੋ ਮੈਂ ਹਿੱਸਾ ਹੁਣ ਹੋਰ ਲਿਆ ਕੇ ਬੰਨੂ, ਪੱਥੀ ਜਾਇਆ ਕਰੀ ਹੁਣ ਬਾਹਰ। ਕਦੋਂ ਕਰਦੇ ਹੋ ਜੀ, ਸੱਚੀ ਗਲਤੀ ਹੋ ਗਈ, ਇੱਦੂ ਮੁੜ ਕੇ ਨਹੀਂ ਇਹੋ ਜਿਹੀ ਗਲਤੀ ਕਰਦੀ, ਸੌਰੀ ਪਲੀਜ਼, ਸੱਚੀ ਨਹੀਂ ਇੱਦੂ ਮੁੜ ਕੇ, ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੀ ਮੈਂ। ਯਕੀਨ ਹੋ ਗਿਆ ਤੈਨੂੰ ਹੁਣ ਮੇਰੇ 'ਤੇ? ਪੂਰਾ ਯਕੀਨ ਆ, ਰੱਬ ਵਰਗਾ ਯਕੀਨ ਹੈ ਮੈਨੂੰ ਤੁਹਾਡੇ 'ਤੇ। ਚੱਲ ਦਫਾ ਹੋ ਫਿਰ, ਨਿਕਲ ਇੱਥੋਂ। ਜੀ ਤੁਸੀਂ ਮੈਨੂੰ ਮਾਫ ਕਰਤਾ, ਦੇਖਿਓ ਮੇਰਾ ਨਾ ਦਿਲ ਜਾ ਘਬਰਾ ਹੀ ਆਉਂਦਾ, ਹੁਣ ਤਾਂ ਮੈਨੂੰ ਪਤਾ ਤੁਸੀਂ ਇੰਨਾ ਟਾਈਮ ਤਾਂ ਗੁੱਸੇ ਰਹਿੰਦੇ ਨਹੀਂ ਹੈਗੇ ਮੇਰੇ ਨਾਲ, ਸੱਚੀ ਮਾਫ ਕਰਤਾ ਨਾ ਤੁਸੀਂ ਮੈਨੂੰ, ਨਾਲੇ ਆਹ ਕੀ ਕਰੀ ਜਾਂਦੇ ਹੋ? ਤੇਰਾ ਮਕਲਾਵਾ ਕਰਦਾ ਆ। ਕੀ ਮਤਲਬ ਜੀ, ਦੱਸੋ ਤਾਂ ਸਹੀ ਕੀ ਕਰਦੇ ਹੋ? ਕੀ ਹੋ ਰਿਹਾ, ਛੱਡ ਦੇ ਮੈਂ, ਮਾੜਾ ਟੱਬਰ ਤਾਂ ਜ਼ਿੰਦਗੀ ਨਰਕ ਹੋ ਗਈ, ਸਾਲਾ ਮੂਹਰੇ ਖਰਾਬ ਕਰਕੇ ਰੱਖਤਾ। ਮੇਰੀ ਗੱਲ ਸੁਣਿਓ ਜੀ, ਮੈਂ ਕਿਹੜੇ ਕਿਹੜੇ ਸੂਟ ਚੱਕਾਂ? ਤੂੰ ਹਾਂਜੀ ਕਰ, ਇੱਕ ਤਾਂ ਲਾਲ ਚੱਕ ਲਾ, ਠੀਕ ਹੈ ਜੀ, ਇੱਕ ਪੀਲਾ ਚੱਕ ਲਾ ਜੀ, ਦੋ ਚਾਰ ਹੋਰ ਚੱਕ ਲਾ, ਤੈਨੂੰ ਬਾਗਾ ਬਾਰਡਰ ਵੀ ਘੁਮਾ ਕੇ ਲਿਆਉਂਗਾ ਮੈਂ। ਸੱਚੀ ਜੀ? ਹਾਂ ਜਾ ਚੱਕ ਲਾ, ਚਾਰ ਪੰਜ ਦਿਨ ਲਾ ਕੇ ਆਵਾਂਗੇ। ਹਾਂ ਹਾਂ ਆ ਚਾਬੀ ਫੜਾ ਦੇ ਮੈਨੂੰ, ਜਾ ਪੱਕਾ ਲੈ ਕੇ ਜਾਵਾਂਗੇ ਨਾ? ਨਹੀਂ ਤੂੰ ਰਹਿਣ ਦੇ, ਤੂੰ ਜਾਣ ਦੇ ਕਾਬਿਲ ਨਹੀਂ ਹੈਗੀ, ਤੂੰ ਇੱਥੇ ਬੈਠ, ਕੀ ਰਹਿ ਗੋਹਾ ਪੱਤ ਤੂੰ? ਨਹੀਂ ਨਹੀਂ ਜੀ ਕੋਈ ਗੱਲ ਨਹੀਂ, ਮੈਂ ਹੁਣੇ ਪੈਕਿੰਗ 5 ਮਿੰਟਾਂ 'ਚ ਪੈਕਿੰਗ ਕਰਕੇ ਆ ਗਈ, ਠੀਕ ਹੈ ਜੀ? ਜਾ ਚਾਬੀ ਦੇ ਦੇ, ਪੀਲੇ 2 ਸੂਟ ਹੈ ਮੇਰੇ ਕੋਲ, ਕਿਹੜਾ ਚੱਕਾਂ? ਤੇਰਾ ਜਾਣ ਦੇ ਲੱਛਣ ਨਹੀਂ ਹੈਗੇ, ਤੂੰ ਰਹਿਣ ਦੇ, ਤੂੰ ਇੱਥੇ ਰਹਿ, ਠੀਕ ਹੈ ਜੀ? ਮੈਂ ਹੁਣੇ ਆ ਗਈ, ਰੁਕ ਜਿਓ, ਠੀਕ ਹੈ ਮੈਂ ਆ ਗਈ। 5 ਸੂਟ ਤੋਂ ਵੱਧ ਨਾ ਚੱਕੀ, ਠੀਕ ਹੈ ਜੀ? ਵਧੀਆ ਹੋ ਗਿਆ ਤਾਂ, 4-5 ਦਿਨ ਘੁੰਮ ਕੇ ਆਵਾਂਗੇ ਹੁਣ। ਚੱਲ ਵਧੀਆ ਹੋਇਆ, ਇਹਨਾਂ ਨੇ ਮੈਨੂੰ ਮਾਫ ਕਰਤਾ। ਹਾਏ ਇਹ ਤਾਂ ਮੈਨੂੰ ਛੱਡ ਕੇ ਚਲੇ ਗਏ, ਹਾਏ ਹੁਣ ਮੈਂ ਕੀ ਕਰਾਂ, ਇਹਨਾਂ ਨੇ ਮੈਨੂੰ ਮਾਫ ਨਹੀਂ ਕੀਤਾ, ਆਪ ਹੀ ਵੱਗ ਗਏ ਇਕੱਲੇ ਘੁੰਮਣ। ਕੋਈ ਗੱਲ ਨਹੀਂ, ਘਰੇ ਆਉਂਦੇ ਇਹਨਾਂ ਨੂੰ, ਫਿਰ ਗੱਲ ਕਰਦੀ ਇਹਨਾਂ ਨਾਲ। ਮੈਂ ਵੀ ਇਹਨਾਂ 'ਤੇ ਸ਼ੱਕ ਕਰਦੀ ਰਹੀ, ਕਿੰਨੀ ਲੜਾਈ ਕੀਤੀ, ਕਿੰਨਾ ਮਨ ਦੁਖੀ ਕੀਤਾ ਵਿਚਾਰਿਆਂ ਦਾ, ਹੁਣ ਨਹੀਂ ਮੈਂ ਕਿਸੇ 'ਤੇ ਯਕੀਨ ਕਰਦੀ, ਐਵੇਂ ਇਹਨਾਂ 'ਤੇ ਯਕੀਨ ਰੱਖੂੰਗੀ। ਚੱਲ ਕੋਈ ਨਾ, ਨਾਲੇ ਅੰਮ੍ਰਿਤਸਰ ਹੀ ਗਏ ਆ, ਮੱਥਾ ਟੇਕਣ ਗਏ ਆ, ਗੁਰੂ ਦੇ ਲੜ ਲੱਗਣਗੇ, 2 ਦਿਨਾਂ ਨੂੰ ਆ ਜਾਣਗੇ, ਮੈਂ ਆਪੇ ਬਣਾ ਲੂੰਗੀ ਇਹਨਾਂ ਨੂੰ, ਕੁਛ ਨਹੀਂ ਹੁੰਦਾ, ਬਸ ਹੁਣ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ। ਸਤਿ ਸ਼੍ਰੀ ਅਕਾਲ ਭਾਬੀ। ਹਾਂ ਦੱਸ ਕਿਵੇਂ ਆਇਆ?
ਆ ਦੁੱਧ ਬਚ ਗਿਆ ਭਾਬੀ ਅੱਜ ਡੈਰੀ ਚੋਂ। ਕਿਉਂ ਦੁੱਧ ਕਾਹਤੋਂ ਬਚ ਗਿਆ? ਲੈ ਉਹ ਸ਼ਾਂਤੀ ਕੇ ਅੰਬਰਸਰ ਗਏ ਹੋਏ ਨੇ ਨਾ ਤਾਂ ਕਰਕੇ। ਹਾਂ